हेलो स्टूडेंट्स वेलकम टू आवर YouTube चैनल सो आज इस वीडियो च ऐसी जीके रिलेटेड क्वेश्चंस करेंगे सो पंजाब दे, so, दे एंड सेंटर दे एग्जाम्स दे लिए बहुत ज्यादा इंपॉर्टेंट क्वेश्चन रहने वाले हैं वीडियो नो एंड तक जरूर देखना चैनल ते नए हो ता चैनल नु सब्सक्राइब करके बेल आइकन प्रेस कर लो ताकि लेटेस्ट वीडियोस नोटिफिकेशन तुम मिल द रहे इस दे नाल ही पहला भी कुछ पार्ट हो चुके हैं जीके तुसी वो वीडियोस देखना चाहो ता चैनल दी प्लेलिस्ट दे विच विजिट कर सकदे हो सो फर्स्ट क्वेश्चन असी हुन देखदे हां फर्स्ट क्वेश्चन आपने को है कि नालंदा विश्वविद्यालय दी स्थापना कदो हुई सी ਰਾਈਟ ਆਨਸਰ ਆਪਣੇ ਕੋਲ ਰਹਿੰਦਾ ਹੈ ਜੀ ਇਸ ਦੀ ਸਥਾਪਨਾ ਉਸੀ ਗੁਪਤ ਕਾਲ ਦੇ ਵਿੱਚ ਯਾਨੀ ਕਿ 4th ਆਪਸ਼ਨ ਰਾਈਟ ਰਹਿੰਦੀ ਹੈ ਤਾਂ ਨਰਿੰਦਾ ਵਿਸ਼ਵ ਵਿਦਿਆਲਾਇਕ ਕਿੱਥੇ ਸਿਤ ਹੈ ਰਾਜਗ੍ਰਾਮ ਬਿਹਾਰ ਦੇ ਵਿੱਚ ਇਸ ਦਿੱਤਾ ਸਥਾਪਨਾ ਹੋਈ ਸੀ 5ਵੀਂ ਸਦੀ ਦੇ ਵਿੱਚ ਕੁਮਾਰ ਗੁਪਤ 1 ਨੇ ਇਸ ਦੀ ਸਥਾਪਨਾ ਕੀਤੀ ਸੀ ਸੋ ਨੈਕਸਟ ਕੁਐਸਚਨ ਆਪਣੇ ਕੋਲ ਹੈ ਭਾਰਤ ਦੇ ਵਿੱਚ ਸਭ ਤੋਂ ਵੱਡਾ ਬੁੱਧ ਸਰੂਪ ਕਿਹੜਾ ਹੈ ਰਾਈਟ ਆਨਸਰ ਕੀ ਦਿੰਦਾ ਹੈ ਸੈਕਿੰਡ ਆਪਸ਼ਨ ਰਾਈਟ ਰਹਿੰਦੀ ਹੈ ਸਾਂਚੀ ਸਭ ਤੋਂ ਵੱਡਾ ਬੁੱਧ ਸਰੂਪ ਹੈ ਅਸ਼ੋਕ ਦੇ ਦੁਆਰਾ ਨਿਰਮਿਤ ਸਾਂਚੀ ਦਾ ਸਰੂਪ ਮੱਧ ਪ੍ਰਦੇਸ਼ ਦੇ ਵਿੱਚ ਮਿਲਦਾ ਹੈ ਨੈਕਸਟ ਕੁਐਸਚਨ ਆਪਣੇ ਕੋਲ ਬੰਦਾ ਹੈ ਆਪਰੇਸ਼ਨ ਬਲੈਕਬੋਰਡ ਪ੍ਰੋਗਰਾਮ ਦਾ ਉਦੇਸ਼ ਕੀ ਸੀਗਾ ਰਾਈਟ ਆਨਸਰ ਕੀ ਦਿੰਦਾ ਹੈ ਹਾਂਜੀ 4ਥ ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਯਾਨੀ ਕਿ ਪ੍ਰਾਇਮਰੀ ਪੱਧਰ ਸਕੂਲ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾ ਇੱਕ ਅਧਿਆਪਕ ਵਾਲੇ ਸਕੂਲ 'ਚ ਇੱਕ ਹੋਰ ਅਧਿਆਪਕ ਨਿਯੁਕਤ ਕਰਨਾ ਗਣਿਤ ਤੇ ਵਿਗਿਆਨ ਦੀ ਪੜਾਈ ਨੂੰ ਸੁਧਾਰਨਾ ਤਾਂ ਇਹ ਤਿੰਨੋਂ ਹੀ ਉਦੇਸ਼ ਸੀਗੇ ਆਪਰੇਸ਼ਨ ਬਲੈਕਬੋਰਡ ਦੇ ਤੇ ਕਦੋਂ ਹੋਇਆ ਸੀ 1987 ਤੋਂ 1988 ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਨੈਕਸਟ ਕੁਐਸਚਨ ਆਪਣੇ ਕੋਲ ਜੋ ਬਣਦਾ ਹੈ ਫੈਬੀਨਿਜ਼ਮ ਮੂਵਮੈਂਟ ਦਾ ਪ੍ਰਸਤਾਵਕ ਕੌਣ ਸੀਗਾ ਰਾਈਟ ਆਨਸਰ ਕੀ ਰਹਿੰਦਾ ਹੈ ਫੋਰਥ ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਐਨੀ ਬੀਸੈਂਟ ਇਸ ਦਾ ਪ੍ਰਸਤਾਵਕ ਸੀ ਇਸ ਦੇ ਨਾਲ ਹੀ 1884 ਇਸਵੀ ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ ਨੈਕਸਟ ਕੁਐਸਚਨ ਆਪਣੇ ਕੋਲ ਬਣਦਾ ਹੈ ਸਵਰਾਜ ਆਮ ਲੋਕਾਂ ਦੇ ਲਈ ਹੋਣਾ ਚਾਹੀਦਾ ਹੈ ਨਾ ਕਿ ਖਾਸ ਲੋਕਾਂ ਦੇ ਲਈ ਇਹ ਕਥਨ ਕਿਸ ਨੇ ਕਹੀ ਸੀ ਰਾਈਟ ਆਨਸਰ ਇੰਦਾ ਹੈ ਥਰਡ ਆਪਸ਼ਨ ਰਾਈਟ ਹੁੰਦੀ ਹੈ ਸੀ ਰਾਜਕੋਪਲਾਚਾਰੀ ਦੇ ਇਹ ਕਥਨ ਸਹੀ ਗੇ ਨੈਕਸਟ ਕੁਐਸਚਨ ਹੈ ਸਿੰਧੂ ਘਾਟੀ ਸਭਿਯਤਾ ਦਾ ਕਾਲ ਕੀ ਸੀਗਾ ਹਾਂਜੀ ਰਾਈਟ ਆਨਸਰ ਇੰਦਾ ਹੈ ਸੈਕਿੰਡ ਆਪਸ਼ਨ ਆਪਨੇ ਕੋਲ ਰਾਈਟ ਹੁੰਦੀ ਹੈ 2350 ਤੋਂ 1750 ਈਸਵੀ ਪੂਰਵ ਇਸ ਦਾ ਕਾਲ ਸੀਗਾ ਸੋ ਸਿੰਧੂ ਘਾਟੀ ਸਭਿਯਤਾ ਦਾ ਵਿਦੇਸ਼ੀ ਵਪਾਰ ਕੀ ਦੇ ਨਾਲ ਹੁੰਦਾ ਸੀਗਾ ਸੁਮੇਰ ਮਿਸਰ ਦੇ ਨਾਲ ਹੁੰਦਾ ਸੀ ਵਿਦੇਸ਼ਾਂ ਤੋਂ ਉਹ ਸੋਨਾ ਚਾਂਦੀ ਹਾਰ ਸ਼ਿੰਗਾਰ ਦੀਆਂ ਜੋ ਵਸਤੂਆਂ ਸੀਗੀਆਂ ਉਹਨਾਂ ਨੂੰ ਆਯਾਤ ਕਰਦੇ ਸੀਗੇ ਇਸ ਦੇ ਨਾਲ ਹੀ ਸੂਤੀ ਕਪੜਾ ਗੈਣੇ ਹਾਥੀ ਦੇ ਦੰਦ ਦੀਆਂ ਬਣੀਆਂ ਵਸਤਾਂ ਦਾ ਨਿਰਯਾਤ ਕਰਦੇ ਸੀਗੇ ਆਪਣੇ ਕੋਲ ਨੈਕਸਟ ਕੁਐਸਚਨ ਹੈ ਸਿੰਧੂ ਘਾਟੀ ਸਭਿਅਤਾ ਕਿੱਥੋਂ ਤੱਕ ਸਥਾਪਿਤ ਸੀਗੀ ਸਿੰਧੂ ਘਾਟੀ ਸਭਿਅਤਾ ਆਪਣੇ ਕੋਲ ਪੰਜਾਬ ਰਾਜਸਥਾਨ ਗੁਜਰਾਤ ਹਰਿਆਣਾ ਉੱਤਰ ਪ੍ਰਦੇਸ਼ ਤੱਕ ਸਥਾਪਿਤ ਸੀਗੀ ਯਾਨੀ ਕਿ ਫਸਟ ਆਪਸ਼ਨ ਰਾਈਟ ਰਹਿੰਦੀ ਹੈ ਪੰਜਾਬ ਦੇ ਵਿੱਚ ਸਿੰਧੂ ਘਾਟੀ ਸਭਿਅਤਾ ਦਾ ਕੇਂਦਰ ਕਿਹੜਾ ਸੀਗਾ ਫਤੇਗੜ ਸਾਹਿਬ ਸੰਗਰੂਰ ਲੁਧਿਆਣਾ ਰੂਪਨਗਰ ਇਦਾਂ ਦੇ ਜੋ ਖੇਤਰ ਸੀਗੇ ਸਿੰਧੂ ਘਾਟੀ ਸਭਿਅਤਾ ਦੇ ਅੰਦਰ ਨੈਕਸਟ ਕੁਐਸਚਨ ਹੈ ਸਿੰਧੂ ਘਾਟੀ ਸਭਿਅਤਾ ਕਿਸ ਦੀ ਸਮਕਾਲੀ ਸੀਗੀ ਰਾਈਟ ਆਨਸਰ ਆਪਨੇ ਕੋ ਰੈਂਦਾ ਹੈ ਉਪਰੋਕਤ ਸਾਰੇ ਯਾਨੀ ਕਿ ਚੀਨੀ ਸਭਿਅਤਾ ਮੈਸੋਪੋਟਾਮੀਆ ਸਭਿਅਤਾ ਮਿਸਰ ਸਭਿਅਤਾ ਇਹਨਾਂ ਤਿੰਨਾਂ ਦੀ ਸਮਕਾਲੀ ਸੀਗੀ ਸਿੰਧੂ ਘਾਟੀ ਸਭਿਅਤਾ ਦੀ ਬੰਦਰਗਾ ਕਿੱਥੇ ਮਿਲਦੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਰਹਿੰਦਾ ਹੈ फोर्थ ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਲੋਥਲ ਦੇ ਵਿੱਚ ਬੰਦਰਗਾ ਮਿਲਦੀ ਹੈ ਤਾਂ ਲੋਥਲ ਗੁਜਰਾਤ ਰਾਜ ਦੇ ਵਿੱਚ ਸਥਿਤ ਹੈ ਤੇ ਇਹ ਭੋਗਵਾ ਨਦੀ ਦੇ ਕਿਨਾਰੇ ਤੇ ਹੈ ਹਾਂਜੀ ਨੈਕਸਟ ਹੈ ਕਿਹੜੇ ਮੁਗਲ ਬਾਦਸ਼ਾਹ ਸਮੇਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਆਗਮਨ ਹੋਇਆ ਸੀਗਾ ਰਾਈਟ ਆਨਸਰ ਕੀ ਰਹਿੰਦਾ ਹੈ ਹਾਂਜੀ ਥਰਡ ਆਪਸ਼ਨ ਰਾਈਟ ਰਹਿੰਦੀ ਹੈ ਜਹਾਗੀਰ ਦੇ ਸਮੇਂ ਈਸਟ ਇੰਡੀਆ ਕੰਪਨੀ ਦਾ ਆਗਮਨ ਹੋਇਆ ਇਸ ਦੇ ਨਾਲ ਹੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਵਪਾਰ ਕਰਨ ਦੀ ਆਗਿਆ ਦਿੱਤੀ ਗਈ ਤਾਂ ਇਹਨਾਂ ਨਾਲ ਯੁੱਧ ਕਰਨ ਵਾਲਾ ਔਰੰਗਜ਼ੇਬ ਪਹਿਲਾ ਮੁਗਲ ਸ਼ਾਸਕ ਸੀਗਾ ਨੈਕਸਟ ਕੁਐਸਚਨ ਹੈ ਸਭ ਤੋਂ ਪਹਿਲਾਂ ਕਿਹੜੀ ਤਾਤੂ ਦੀ ਖੋਜ ਹੋਈ ਸੀਗੀ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਤਾਂਬਾ ਦੀ ਖੋਜ ਹੋਈ ਸੀ ਤਾਂ ਤਾਤੂ ਆਪਣੇ ਕੋਲ ਸਭ ਤੋਂ ਪਹਿਲਾਂ ਤਾਂਬਾ ਮਿਲੀ ਸੀ ਨੈਕਸਟ ਹੈ ਰੇਸ਼ਮ ਮਾਰਗ ਦਾ ਆਰੰਭ ਕਿਸ ਦੇ ਸਮੇਂ ਹੋਇਆ ਰੇਸ਼ਮ ਮਾਰਗ ਦਾ ਆਰੰਭ ਹੋਇਆ ਸੀਗਾ ਕਨਿਸ਼ਕ ਦੇ ਸਮੇਂ ਯਾਨੀ ਕਿ ਫਰਸਟ ਆਪਸ਼ਨ ਰਾਈਟ ਰਹਿੰਦੀ ਹੈ ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮ ਮਾਰਗ ਕਿਹਾ ਜਾਂਦਾ ਹੈ ਤਾਂ ਇਹ ਕਿਉਂ ਕਿਹਾ ਜਾਂਦਾ ਕਿਉਂਕਿ ਇੱਥੇ ਰੇਸ਼ਮ ਦਾ ਵਪਾਰ ਸਭ ਤੋਂ ਵੱਧ ਹੁੰਦਾ ਹੈ ਹਾਂਜੀ ਨੈਕਸਟ ਹੈ ਰੇਨਬੋ ਰੈਵੋਲੂਸ਼ਨ ਦਾ ਸਬੰਧ ਕਿਸ ਦੇ ਨਾਲ ਹੈ ਰਾਈਟ ਆਨਸਰ ਆਂਦਾ ਹੈ ਉਪਰੋਕਤ ਸਾਰੇ ਯਾਨੀ ਕਿ ਹਰੀ ਕ੍ਰਾਂਤੀ ਲਾਲ ਕ੍ਰਾਂਤੀ ਨੀਲੀ ਕ੍ਰਾਂਤੀ ਪੀਲੀ ਕ੍ਰਾਂਤੀ ਇਸ ਦੇ ਨਾਲ ਹੀ ਸਫੇਦ ਕ੍ਰਾਂਤੀ ਅਤੇ ਗੁਲਾਬੀ ਕ੍ਰਾਂਤੀ ਇਹਨਾਂ ਦੇ ਨਾਲ ਰੇਨਬੋ ਰੈਵੋਲੂਸ਼ਨ ਦਾ ਸਬੰਧ ਹੈ ਤਾਂ ਇਸ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਕੀਤੀ ਗਈ ਨਵੀਂ ਰਾਸ਼ਟਰੀ ਖੇਤੀ ਨੀਤੀ ਕੋਸ਼ਨਾ 2000 ਦੇ ਵਿੱਚ ਕੀਤੀ ਗਈ ਸੀ। ਨੈਕਸਟ ਕੁਐਸਚਨ ਆਪਰੇ ਕੋ ਹੈ ਪਿਸ ਇੰਡੀਆ ਐਕਟ ਕਦੋਂ ਪਾਸ ਹੋਇਆ? ਤਾਂ ਰਾਈਟ ਆਨਸਰ ਆਂਦਾ ਹੈ ਸੈਕਿੰਡ ਆਪਸ਼ਨ ਰਾਈਟ ਰਹਿੰਦੀ ਹੈ 1784 ਇਸ ਜੀ ਦੇ ਵਿੱਚ ਪਿਸ ਇੰਡੀਆ ਐਕਟ ਪਾਸ ਹੋਇਆ ਸੀ। ਵਾਰਨ ਹੈਸਟਿੰਗ ਦੇ ਕਾਰਜਕਾਲ ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀ। ਨੈਕਸਟ ਹੈ ਭਾਰਤੀ ਰੇਲ ਪ੍ਰਣਾਲੀ ਦਾ ਵਿਸ਼ਵ ਵਿੱਚ ਕਿੰਨਾ ਸਥਾਨ ਹੈ? ਰਾਈਟ ਆਨਸਰ ਆਂਦਾ ਹੈ ਫੋਰਥ ਆਪਸ਼ਨ ਰਾਈਟ ਰਹਿੰਦੀ ਹੈ ਯਾਨੀ ਕਿ ਭਾਰਤੀ ਰੇਲ ਪ੍ਰਣਾਲੀ ਦਾ ਚੌਥਾ ਸਥਾਨ ਹੈ ਵਿਸ਼ਵ ਦੇ ਵਿੱਚ ਪਹਿਲਾ ਸਥਾਨ ਹੈ ਜੀ ਅਮਰੀਕਾ ਦਾ ਦੂਜਾ ਹੈ ਰੂਸ ਦਾ ਤੀਜਾ ਚੀਨ ਦਾ ਚੌਥਾ ਆਪਣੇ ਕੋਲ ਭਾਰਤ ਦਾ ਐਂਡ ਪੰਜਵਾਂ ਹੈ ਕੈਨੇਡਾ ਦਾ ਇਸ ਦੇ ਨਾਲ ਹੀ ਤੁਸੀਂ ਯਾਦ ਰੱਖ ਸਕਦੇ ਹੋ ਕਿ ਮਗਾ ਲਿਆ ਇੱਕੋ ਇੱਕ ਐਦਾਂ ਦਾ ਰਾਜ ਹੈ ਜਿੱਥੇ ਪਹਾੜਾਂ ਦੇ ਕਾਰਨ ਜਾਂ ਘਾਟੀਆਂ ਦੇ ਕਾਰਨ ਕੋਈ ਵੀ ਰੇਲਵੇ ਲਾਈਨ ਅਤੇ ਰੇਲਵੇ ਸਟੇਸ਼ਨ ਨਹੀਂ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਜਾਪਾਨ ਦੀ ਬੁਲੇਟ ਰੇਲ ਗੱਡੀ ਜੋ ਹੈ ਉਹ ਦੁਨੀਆ ਦੀ ਸਭ ਤੋਂ ਤੇਜ਼ ਚੱਲਣ ਵਾਲੀ ਰੇਲ ਗੱਡੀ ਹੈ ਤਾਂ ਪੰਜਾਬ ਦੇ ਵਿੱਚ ਬਠਿੰਡਾ ਏਸ਼ੀਆ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਹੈ ਤਾਂ ਅੰਮ੍ਰਿਤਸਰ ਜੋ ਹੈ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹੈ ਇਸ ਨੂੰ ਤੁਸੀਂ ਨੋਟ ਕਰ ਸਕਦੇ ਹੋ ਤਾਂ ਇਦਾਂ ਦੇ ਕੁਸ਼ਚਨ ਵੀ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਹਨ ਨਾਲ ਹੀ 16 April ਨੂੰ ਰਾਸ਼ਟਰੀ ਰੇਲਵੇ ਦਿਵਸ ਮਨਾਇਆ ਜਾਂਦਾ ਹੈ 16 April ਨੂੰ ਇਸ ਨੂੰ ਵੀ ਤੁਸੀਂ ਨੋਟ ਕਰ ਸਕਦੇ ਹੋ ਨੈਕਸਟ ਕੁਸ਼ਚਨ ਦੇਖਦੇ ਹਾਂ ਸੂਰਜੀ ਪਰਿਵਾਰ ਦਾ ਸਭ ਤੋਂ ਗਰਮ ਗ੍ਰੈਂਡ ਕਿਹੜਾ ਹੈ ਹਾਂਜੀ ਰਾਈਟ ਆਨਸਰ ਕੀ ਹੈ ਸਹੀਨ ਆਪਸ਼ਨ ਆਪਨੇ ਕੋਲ ਬਿਲਕੁਲ ਰਾਈਟ ਆਂ ਦਿਆ ਹੈ ਸ਼ੁਕਰ ਗ੍ਰਹਿ ਸੂਰਜੀ ਪਰਿਵਾਰ ਦਾ ਸਭ ਤੋਂ ਗਰਮ ਗ੍ਰਹਿ ਹੈ ਇਸ ਦੇ ਨਾਲ ਹੀ ਸੂਰਜ ਦੇ ਸਭ ਤੋਂ ਨਿਕਟ ਤਾਰਾ ਕਿਹੜਾ ਹੈ α ਸੈਂਚਰੀ ਤਾਂ ਆਕਾਸ਼ ਦਾ ਸਭ ਤੋਂ ਚਮਕੀਲਾ ਤਾਰਾ ਹੈ ਸਾਇਰਸ ਤਾਂ ਇਹ ਕੁਐਸਚਨ ਜੋ ਹੈ ਇਹ ਕਈ ਵਾਰ ਪੇਪਰ ਦੇ ਵਿੱਚ ਗਲਤ ਕਰ ਦਿੱਤਾ ਜਾਂਦਾ ਹੈ ਕਿ ਸਟੂਡੈਂਟ ਇਸ ਨੂੰ ਬੁੱਧ ਗ੍ਰਹਿ ਕਰ ਦਿੰਦੇ ਆ ਇੱਕ ਕਿਉਂਕਿ ਇਹ ਸਭ ਤੋਂ ਨੇੜੇ ਹੈ ਬਟ ਜੇਕਰ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਨੇੜੇ ਗ੍ਰਹਿ ਹੈ ਉਹ ਤਾਂ ਬੁੱਧ ਗ੍ਰਹਿ ਨੂੰ ਕੀਤਾ ਜਾਵੇਗਾ ਬਟ ਗਰਮ ਗ੍ਰਹਿ ਜਿਹੜਾ ਹੈ ਉਹ ਸ਼ੁਕਰ ਹੀ ਹੈ ਨੈਕਸਟ ਕੁਐਸਚਨ ਦੇਖਦੇ ਆਂ ਮੁਕਤੀ ਦਿਵਸ ਦਾ ਸਬੰਧ ਕਿਸ ਪਾਰਟੀ ਦੇ ਨਾਲ ਹੈ ਮੁਕਤੀ ਦਿਵਸ ਦਾ ਸਬੰਧ ਹੈ ਜੀ ਮੁਸਲਿਮ ਲੀਗ ਦੇ ਨਾਲ ਯਾਨੀ ਕਿ 3rd ਆਪਸ਼ਨ ਆਪਣੇ ਕੋਲ ਰਾਈਟ ਰਹਿੰਦੀ ਹੈ ਸੋ 22 ਦਸੰਬਰ 1939 ਨੂੰ ਮੁਕਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸੋ ਇਹ ਸੀ ਕੁਝ ਇੰਪੋਰਟੈਂਟ ਕੁਐਸਚਨ ਜੋ ਕਿ ਅਕਸਰ ਇਸ ਸੈਂਟਰ ਦੇ ਐਂਡ ਸਟੇਟ ਦੇ ਐਗਜ਼ਾਮਸ ਦੇ ਵਿੱਚ ਪੁੱਛਲੇ ਜਾਂਦੇ ਹਨ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਕੁਐਸਚਨਸ ਲੈ ਕੇ ਆਵਾਂਗੇ ਸੋ ਵੀਡੀਓ ਹੈਲਪਫੁਲ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ